ਜੇਲ੍ਹ ਚ ਮੁਖਸਰ ਜੇਲ੍ਹ ਚ ਬੜੇ ਤਕੜੇ ਬਲੇਕ ਹੀ ਹੋ ਮੇਰੇ ਕੋਲ ਸੌਂਾ ਖਾ ਕੇ ਕੋ ਦੁਬਾਰੇ ਅੰਦਰ ਜਾ ਕੇ ਦੇਖਾਂ ਕਰਾ ਕੇ ਵੀ ਅਸੀਂ ਚੱਟਾ ਨਹੀਂ ਵੇਚਦੇ ਝੋਟੇ ਮਰ ਜਾਂਗੇ ਮਰਨ ਪੁਲਿਸ ਧੱਕੇ ਨਾਲ ਬਕਿਆਉਂਦੀ ਉਹਨਾਂ ਕੋਲੇ ਵੀਡੀਓ ਆ ਨੇ ਬੜੀਆਂ ਤਰ੍ਹਾਂ ਦੇ ਤੜੜੀਆਂ ਰੱਬ ਸੁੱਖ ਰੱਖੇ ਉਹ ਆਪ ਨੂੰ ਵੀਡੀਓ ਛੇਤੀ ਮਿਲਣ ਤੇ ਫਿਰ ਦੇ ਕਿ ਤੂੰ ਪਹਚਾ ਲਾ ਕਾਨੂੰਨ ਇਹ ਆਪਣੇ ਹੱਥ ਚ ਕਿੱਥੇ ਆ ਯਾਰ ਆ ਆਪਾਂ ਕਾਨੂੰਨ ਨੂੰ ਕਿਵੇਂ ਹੱਥ ਚ ਲੈ ਸਕਦੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੈਂ ਕਾਨੂੰਨ ਕਿੱਥੇ ਹੱਥ ਲੈਤਾ ਫਿਰ ਜੇ ਮੈਂ ਕਾਨੂੰਨ ਹੱਥ ਲੈਤਾ ਤੈਨੂੰ ਛੱਡੇਗਾ ਤੂੰ ਇਹਨਾਂ ਦੀ ਕੰਮ ਕਰ ਰਿਹਾ ਸੀ ਇਹਨਾਂ ਨੂੰ ਪਤਾ ਨਹੀਂ ਕਿਵੇਂ ਚੋ ਗਿਆ ਮੈਂ ਤਾਂ ਝਾੜੂ ਲਾ ਰਿਹਾ ਸੀ ਗੰਦਗੀ ਸਾਫ਼ ਕਰ ਰਿਹਾ ਸੀ ਹੂੰ ਇਹਨਾਂ ਨੇ ਉਹ ਗੰਦਗੀ ਵੇਚ ਕੇ ਪੈਸੇ ਕਮਾਉਣੇ ਸੀ ਆਪੋ ਤਾਂ ਸਮਝਾਇਆ ਸਮਝਾਉਂਦੇ ਅੱਗੇ ਵੀ ਸਮਝਾਉਣਾ ਪਿਆਰ ਨਾਲ ਸਮਝਾਵਾਂਗੇ ਹੁਣ ਕਹਿ ਦਿੰਦੇ ਹੋ ਜੇ ਕਹਿੰਦਾ ਛੋਟਾ ਦਾ ਤਰੀਕਾ ਗਲਤ ਸੀ ਮੈਨੂੰ ਤਰੀਕਾ ਦੱਸੋ ਕੋਈ ਆ ਕੇ ਉਹ ਬੁੱਧੀਜੀਵੀ ਆ ਕੋਈ ਵੀ ਮੈਨੂੰ ਦੱਸੇ ਮੈਂ ਉਹ ਤਰੀਕੇ ਨਾਲ ਕੰਮ ਕਰੂੰਗਾ ਹੂੰ ਮੇਰੇ ਨਾਲ ਤਾਂ ਤੁਰਨ ਜਾਰਾ ਮੇਰੇ ਨਾਲ ਤਾਂ ਹੁਣ ਮੈਨੂੰ ਉਹ ਤਰੀਕਾ ਦੱਸਣਗੇ ਕਹਿੰਦੇ ਪੱਗ ਰੱਖਿਆ ਕਰਾਂਗੇ ਆਪਣਾ ਪੈਰਾਚ ਵੀ ਬਾਈ ਨਾ ਵੇਚ ਇੱਕ ਤਰੀਕ ਦਾ ਕਹਿਰ ਲੀਜ ਕਰਨ ਨੂੰ ਮੈਨੂੰ ਉਹ ਐਸਡੀ ਨੇ ਤੇ ਇੱਕ ਐਸਐਚਓ ਇੱਕ ਐਸਐਸਪੀ ਉਹਨਾਂ ਦੀ ਗੱਲ ਹੀ ਨਹੀਂ ਮੰਨ ਰਿਹਾ 9 ਦਿਨ ਹੋ ਫਿਰਟ ਬੱਜ 11 ਕੱਲ ਵੀ ਟਪਾ ਰਹੇ ਨੇ ਕਿ ਮੇਲਾ ਬੰਦ ਨੇ ਸਾਈ ਕੋਰਟੋਂ ਮੇਲਾ ਆਈਆਂ ਸਾਰੇ ਪੰਜਾਬ ਚੋਂ ਮੇਲਾ ਆਈਆਂ ਸਾਰੇ ਕਿਤੇ ਮੇਲਾ ਆਈਆਂ ਨੇ ਆਪਣੀ ਮਾਨਸਾ ਦੀ ਮੇਲਾ ਬੰਦ ਕਰ ਇੱਕ ਕਪਿੰਡਾ ਚ ਦੋ ਬਲੈਗੀਆਂ ਵੱਧੋ ਵੱਧ ਤੇ ਹਜ਼ਾਰ ਹਜ਼ਾਰ ਉੱਥੇ ਸਰਦਾਰ ਬਸਦਾ ਸਿੰਘ ਪੱਗਾ ਮੰਨੀ ਵਾਲਾ ਮੈਂ ਬਾਬੇ ਵਰਗੇ ਨੰਗਾ ਵਾਹਦੇ 15 15 ਤੇ ਉਹ ਨਸ਼ਾ ਨਹੀਂ ਰੋਕ ਸਕਦੇ ਯਾਰ ਆ ਸਾਰਾ ਇਹਨਾਂ ਨੇ ਤਾਂ ਗਰੀਬ ਆਮਲੀ ਚੱਕੇ ਨੇ ਸਾਰੇ ਮਾਨਸਾ ਦੇ ਨਸ਼ੇੜੀ ਬਲੈਗੀਆਂ ਚੱਕੇ ਨੇ ਜਿਹੜੀਆਂ ਜਿਹੜੀਆਂ ਕੋਠੀਆਂ ਨੂੰ ਸ਼ਰਿਆਂ ਵੇਚ ਰਿਹਾ ਹੋਂ ਵੀ ਉਹ ਬਲੈਗੀਆਂ ਐਡਾ ਵੱਡਾ ਅਫਸਰ ਕਹਿੰਦਾ ਮੋਰਫਿਨ ਖਾਂਦਾ ਹੂੰ ਮੋਰਫਿਨ ਦਾ ਇੰਜੈਕਸ਼ਨ ਹੁੰਦਾ ਹੈ ਮੁੰਡਾ ਡਾਕਟਰਾਂ ਦੇ ਸੇ ਪੁੱਛ ਲੈਂਦਾ ਉੱਥੇ ਤੇ ਜੀ ਮੈਂ ਕਹਿੰਦਾ ਸੋਡੀ ਪੰਜਾਬ ਪੁਲਿਸ ਦਾ ਡੋਪ ਟੈਸਟ ਇੱਕ ਵਾਰੀ ਜੀ ਕਰਾ ਲਵੋਣਾ ਕੱਲ ਨੂੰ 8 ਵਜੇ ਨਾਲੇ ਨਾਮੇ ਪਾਰਟੀ ਹੋ ਜੂਗੀ ਸੀਗੋ ਸੈਂਟਰ ਹਸੀਕਾਲ ਮੈਂ ਸੁਖੀ ਮਗਾਣੀਆਂ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਮਾਨਸਾ ਦੇ ਵਿੱਚ ਨਸ਼ੇ ਦੇ ਵਿਰੋਧ ਵਿੱਚ ਪੱਕਾ ਮੋਰਚਾ ਲੱਗਿਆ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਐਂਟੀ ਡਰੱਗ ਟਾਸਕ ਫੋਰਸ ਅਤੇ ਹੋਰ ਪ੍ਰਾਤਰੀ ਜਥੇਬੰਦੀਆਂ ਦੇ ਰੋਧ ਦੇ ਅੱਗੇ ਅੱਜ ਸਰਕਾਰ ਝੁਕੀ ਹੈ ਪ੍ਰਵਿੰਦਰ ਸਿੰਘ ਝੋਟੇ ਦੀ ਰਿਹਾਈ ਹੋਈ ਹੈ ਪੂਰੇ ਪੰਜਾਬ ਤੋਂ ਜਿਉਂ ਹੀ ਪ੍ਰਵਿੰਦਰ ਸਿੰਘ ਝੋਟਾ ਜੇਲ੍ਹ ਤੋਂ ਰਿਹਾ ਹੁੰਦਾ ਪੂਰੇ ਪੰਜਾਬ ਤੋਂ ਲੋਕ ਮਾਨਸਾ ਵੱਲ ਨੂੰ ਵੀਹਰਾ ਕਰਦੇ ਨੇ ਕਰਦਾਂ ਗੱਲਬਾਤ ਪ੍ਰਵਿੰਦਰ ਸਿੰਘ ਝੋਟੇ ਦੇ ਨਾਲ ਕੀ ਹਾਲ ਚਾਲ ਪ੍ਰਵਿੰਦਰ ਹਾਂ ਦਾ ਬੈਰੂ ਜੀ ਦਾ ਖਾਲਸਾ ਬੈਰੂ ਜੀ ਫਤਿਹ ਸਾਰਾ ਸਿਲੈਕਸ਼ਨ ਹੋ ਦੇਣਾ ਕਿਵੇਂ ਰਿਹਾ ਜੇਲ੍ਹ ਦਾ ਸਫ਼ਰ ਵਧੀਆ ਰਿਹਾ ਠੀਕ ਹੈ ਨਜ਼ਾਰਾ ਹੂੰ ਆ ਖਣੇਂਦਰੇ ਮੂਰੇ ਹੂੰ ਪ੍ਰਵਿੰਦਰ ਸਿੰਘ ਝੋਟਾ ਜਦੋਂ ਜੇਲ੍ਹ ਪਹਿਲਾਂ ਜਾਂਦਾ ਹੈ ਹੂੰ ਸਰਕਾਰ ਕਹਿੰਦੀ ਹੈ ਕਿ ਕਾਨੂੰਨ ਹੱਥ ਚ ਲੈ ਉਹ ਉਸ ਤੇਰੇ ਜੇਲ੍ਹ ਦੇ ਦੌਰਾਨ ਐਮਐਲਏ ਸਾਹਿਬ ਨਾਲ ਵੀ ਇੱਕ ਮੁਲਾਕਾਤ ਹੁੰਦੀ ਹੈ ਉਹਨਾਂ ਦਾ ਕਹਿਣਾ ਉਹਨਾਂ ਨਾਲ ਵੀ ਇਹੀ ਜੀ ਕਮੇਟੀ ਸਾਹਮਣੇ ਕਿ ਤੁਸੀਂ ਇਸ ਗੱਲ ਜ਼ਿੰਮੇਵਾਰੀ ਲੈਣੇ ਹੋ ਕਿ ਪ੍ਰਵਿੰਦਰ ਸਿੰਘ ਝੋਟਾ ਕਾਨੂੰਨ ਹੱਥ ਚ ਨਹੀਂ ਲਊਗਾ ਹਾਂ ਹਾਂ ਕਾਨੂੰਨ ਇਹ ਆਪਣੇ ਹੱਥ ਚ ਕਿੱਥੇ ਆ ਯਾਰਾ ਆਪਾਂ ਕਰੋਨਾ ਨੂੰ ਕਿਵੇਂ ਹੱਥ ਚ ਲੈ ਸਕਦੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੈਂ ਕਰੋਨਾ ਨੂੰ ਕਿੱਥੇ ਹੱਥ ਲੈਂਦਾ ਫਿਰ ਜੇ ਮੈਂ ਕਰੋਨਾ ਹੱਥ ਚ ਲੈਤਾ ਮੈਨੂੰ ਛੱਡੇਗਾ ਤੂੰ ਮੈਂ ਤਾਂ ਕੋਈ ਮਾੜਾ ਕੰਮ ਹੀ ਨਹੀਂ ਕਰਿਆ ਮੈਂ ਤਾਂ ਕਹਿਣਾ ਖੁਦ ਮੈਨੂੰ ਇਹ ਸ਼ੋਅ ਕਰਨ ਮੈਂ ਕੋਈ ਮਾੜਾ ਕੰਮ ਕਰਿਆ ਮੈਂ ਤਾਂ ਇਹਨਾਂ ਦਾ ਕੰਮ ਕਰ ਰਿਹਾ ਸੀ ਇਹਨਾਂ ਦੀ ਕੰਮ ਕਰ ਰਿਹਾ ਸੀ ਇਹਨਾਂ ਨੂੰ ਪਤਾ ਨਹੀਂ ਕਿਵੇਂ ਚੋਗਿਆ ਮੈਂ ਤਾਂ ਝਾੜੂ ਲਾ ਰਿਹਾ ਸੀ ਗੰਦਗੀ ਸਾਫ਼ ਕਰ ਰਿਹਾ ਸੀ ਇਹਨਾਂ ਨੇ ਉਹ ਗੰਦਗੀ ਵੇਚ ਕੇ ਪੈਸੇ ਕਮਾਉਣੇ ਸੀ ਹਨਾ ਇਹਨੂੰ ਇਹੀ ਗੱਲ ਇਹਨਾਂ ਨੂੰ ਈਗੋ ਹਟ ਗਈ ਇਹਨਾਂ ਦੀ ਇਹਨਾਂ ਨੇ ਜਾ ਕੇ ਆਪਣਾ ਅੰਦਰ ਮਾਰਿਆ ਹੁਣ ਲੋਕ ਰਾਜ ਆ ਯਾਰ ਹੁਣ ਲੋਕ ਡਰਦੇ ਨਹੀਂ ਹੈਗੇ ਜਿਹੜਾ ਰੂ ਲੋਕ ਆਪਣੇ ਹੁਣ ਫੇਰ ਮਾਰ ਸਕਦੇ ਨੇ ਜਾ ਕੇ ਕੱਲ ਨੂੰ ਪਰਸੋਂ ਨੂੰ ਮਰਵਾ ਵੀ ਸਕਦੇ ਨੇ ਕੁਛ ਵੀ ਖੇਡ ਖੇਡ ਸਕਦੇ ਨੇ ਗੱਲ ਕਰ ਹੁਣ ਦੀਵਾ ਜੱ ਬਲ ਗਿਆ ਦੀਵੇ ਨਾਲ ਦੀਵਾ ਬਲਤਾ ਕਹਾ ਕਿੰਨੇ ਦੀਵੇ ਜਗ ਪੈ ਗਏ ਤੋਂ ਅੱਗੇ ਅੱਗੇ ਤੋਂ ਅੱਗੇ ਸਾਰੇ ਪੰਜਾਬ ਚ ਜਮਾਲ ਤਰਨਤਾਰਨ ਤੱਕ ਦੇ ਬੰਦੇ ਧਰਨੇ ਲਈ ਬੈਠੇ ਨੇ ਹੂੰ ਉੱਧਰ ਵੀ ਚੱਲਾਂਗੇ ਆਪਾਂ ਤੇ ਗੜਾ ਗੜਾ ਖੇਲੇ ਆਵਾਂਗੇ ਉੱਧਰ ਵੀ ਆਪਣੀ ਮਝੈਲ ਪਾਉ ਆ ਹਨਾ ਉੱਧਰ ਦੇਖੀ ਤੂੰ ਸਰਦਾਰ ਲੰਬੇ ਲੰਝੇ ਵਿਚਾਰੇ ਵਾਪਸੀ ਕਰੀ ਆ ਉਹਨਾਂ ਨੇ ਹੂੰ ਉਹ ਕਹਿੰਦੇ ਸੀ ਵਾਹ ਇੱਕ ਘੰਟ ਠੋਕ ਕੇ ਖੜਾਂਗੇ ਇੱਕ ਘੰਟਾ ਲਾਂਗੇ ਜਾਵਾਂ ਮੂਰੇ ਇਸ ਅੰਦੋਲਨ ਦੌਰਾਨ ਹਰ ਭਗਵਾਨ ਦਾ ਕਤਲ ਹੁੰਦਾ ਹੈ ਹੂੰ ਤਾਜ਼ਾ ਘਟਨਾ ਵਾਪਰਦੀ ਹੈ ਸ਼ਰਿਆਂ ਸਿਧਾਣੇ ਵਿੱਚ ਮੁੰਡਾ ਮਾਰਿਆ ਜਾਂਦਾ ਹੈ ਇੱਕ ਬੇਬੇ ਇਸ ਅੰਦੋਲਨ ਦੌਰਾਨ ਸ਼ੀਤ ਤਲਸ਼ੀਦ ਹੋ ਜਾਂਦੀ ਹੈ ਹੂੰ ਪ੍ਰਵਿੰਦਰ ਸਿੰਘ ਝੋਟੇ ਤੇ ਜੇਲ੍ਹ ਚ ਹਮਲੇ ਦੀ ਗੱਲ ਸੁਣੀ ਸੀ ਉਸ ਹਮਲੇ ਬਾਰੇ ਤੇ ਇਹ ਜਿਹੜੇ ਐਡੀ ਐਡੀ ਮਾਰੀਆਂ ਘਟਨਾਵਾਂ ਵਾਪਰੀਆਂ ਨੇ ਸ਼ਰਿਆਂ ਕਤਲੋਗਾਰਤ ਹੋ ਰਹੀ ਹੈ ਇਹ ਸਾਰੇ ਵਰਤਾਰੇ ਨੂੰ ਝੋਟਾ ਕਿਵੇਂ ਦੇਖਦਾ ਹੈ ਹੁਣ ਤੁਸੀਂ ਦੱਸੋ ਮੈਂ ਗਲਤ ਸੀ ਜਿਹੜੀਆਂ ਗੱਲਾਂ ਮੈਂ ਕਰਦਾ ਸੀ ਮੈਂ ਝੂਠ ਕਰਦਾ ਸੀ ਹੂੰ ਹੁਣ ਉਹੀ ਮਾਰ ਰਹੇ ਆ ਬੰਦਿਆਂ ਨੂੰ ਤਾਂ ਹੂੰ ਨਸ਼ਾ ਰੋਕਣ ਨੂੰ ਮਾਰ ਰਿਆ ਮੈਨੂੰ ਪੁਲਿਸ ਨੇ ਮਾਰਤਾ ਉਹਨਾਂ ਨੂੰ ਪੁਲਿਸ ਦੇ ਪਾਲੇ ਹੋਏ ਬਲੈਕੀਆਂ ਨੇ ਮਾਰਤਾ ਹਨਾ ਕੰਮ ਤਾਂ ਉਹੀ ਆ ਨਾ ਆਪਾਂ ਤਾਂ ਕਿਸ ਨੂੰ ਮਾਰਿਆ ਨਹੀਂ ਆਪ ਤਾਂ ਸਮਝਾਇਆ ਸਮਝਾਉਂਦੇ ਅੱਗੇ ਵੀ ਸਮਝਾਉਣਾ ਪਿਆਰ ਨਾਲ ਸਮਝਾਵਾਂਗੇ ਹੁਣ ਕਹਿ ਦਿੰਦੇ ਹੋ ਜੇ ਕਹਿੰਦਾ ਛੋਟਾ ਦਾ ਤਰੀਕਾ ਗਲਤ ਸੀ ਮੈਨੂੰ ਤਰੀਕਾ ਦੱਸੋ ਕੋਈ ਆ ਕੇ ਉਹ ਬੁੱਧੀਜੀਵੀ ਆ ਕੋਈ ਵੀ ਮੈਨੂੰ ਦੱਸੇ ਮੈਂ ਉਹ ਤਰੀਕੇ ਨਾਲ ਕੰਮ ਕਰੂੰਗਾ ਹੂੰ ਮੇਰੇ ਨਾਲ ਤਾਂ ਤੁਰ ਨਜ਼ਾਰਾ ਮੇਰੇ ਨਾਲ ਤਾਂ ਹੁਣ ਮੈਨੂੰ ਉਹ ਤਰੀਕਾ ਦੱਸਣਗੇ ਕਹਿੰਦੇ ਪੱਗ ਰੱਖ ਲਿਆ ਕਰਾਂਗੇ ਆਪਦਾ ਪੈਰਾਂ ਚ ਵੀ ਬਾਈ ਨਾ ਵੇਚ ਹਨਾ ਇਹ हट ਜਾਣ ਹਾਂ ਬੜੇ ਬੰਦੇ ਨੇ ਮੇਰੇ ਜੇਲ੍ਹ ਚ ਮੁਕਸਰ ਜੇਲ੍ਹ ਚ ਬੜੇ ਤਕੜੇ ਬਲੈਕ ਕੀਓ ਮੇਰੇ ਕੋਲ ਸੌਹਾਂ ਖਾ ਕੇ ਗੁਰਦੁਆਰੇ ਦੇ ਅੰਦਰ ਜਾ ਕੇ ਦੇਖਾਂ ਕਰਾ ਕੇ ਵੀ ਅਸੀਂ ਚੱਟਾ ਨਹੀਂ ਵੇਚਦੇ ਛੋਟੇ ਮਰ ਜਾਂਗੇ ਮਰਨ ਪੁਲਿਸ ਧੱਕੇ ਨਾਲ ਬਕਿਆਉਂਦੀ ਉਹਨਾਂ ਕੋਲੇ ਵੀਡੀਓ ਆ ਨੇ ਬੜੀਆਂ ਤਰ੍ਹਾਂ ਦੀਆਂ ਰੱਬ ਸੁੱਖ ਰੱਖੇ ਉਹ ਆਪਣੂੰ ਵੀਡੀਓ ਛੇਤੀ ਮਿਲਣ ਤੇ ਫੇਰ ਦੇ ਕਿ ਤੂੰ ਪਹਚਾ ਲਾਉਂਦਾ ਹਾਂ ਹਾਂ ਰਾਤ ਜਦੋਂ ਜੇਲ੍ਹ ਚ ਹੋ ਰਿਹਾ ਹੁੰਦਾ ਮਾਨਸਾ ਦੀ ਜੇਲ ਤੇ ਮੁਕਸਰ ਦੀ ਜੇਲ ਚ ਕੋਈ ਫਰਕ ਨਜ਼ਰ ਆਇਆ ਇੱਥੋਂ ਬਦਲੀ ਕਰਨ ਦਾ ਕਾਰਨ ਕੀ ਸੋਚਦਾ ਹੈ ਕਾਹਤੋਂ ਕੀਤੀ ਗਈ ਬਦਲੀ ਇੱਥੋਂ ਤਾਂ ਇਹਨਾਂ ਨੇ ਮੈਨੂੰ ਆਪ ਦੀ ਜਾਣ ਚ ਉੱਥੇ ਐਂ ਸਟੈਗਾ ਵੀ ਮੈਂ ਉਹ ਮੁਕਸਰ ਦੀ ਜੇਲ ਨੂੰ ਕਾਲੇ ਬਣੇ ਜੇਲ ਕਿਹਾ ਜਾਂਦਾ ਕੈਦੀਆਂ ਲਈ ਵੀ ਉਹ ਦੁਖੀ ਆ ਉੱਥੇ ਹਰੇਕ ਬੰਦਾ ਇਰੀਟੇਟ ਹੋ ਜਾਂਦਾ ਪਾਗਲ ਹੋ ਜਾਂਦਾ ਉਹ ਜੇਲ ਚ ਵੀ ਕਿਉਂ ਹੁੰਦਾ ਕਿ ਉੱਥੇ ਨਿਸ਼ਾਨੀ ਹੈਗਾ ਇੱਕ ਨੰਬਰ ਜਮਾ ਵੀ ਕੋਈ ਫੋਨ ਨਹੀਂ ਚੱਲਦਾ ਕੁਝ ਨਹੀਂ ਹੈਗਾ ਜਮਾ ਉਹ ਪਾਕ ਸਾਫ ਤੇ ਨੀਟ ਜੇ ਨੀਟ ਜੇ ਲਾਪੇ ਵੀ ਝੂਠ ਨਹੀਂ ਮਾਰਦੇ ਹਨ ਤੇ ਇਹ ਜੇਲ੍ਹ ਦੀਆਂ ਤੁਸੀਂ ਖਬਰਾਂ ਕੱਲ ਪਰਸ ਤੁਸੀਂ ਲਗਾਤਾਰ ਦੇਖ ਹੀ ਰਹੇ ਹੋਗੇ ਇੱਥੇ ਤਾਂ ਮੈਨੂੰ ਉਹਨਾਂ ਨੇ ਜਮਾ ਬੰਦ ਕਰਕੇ ਜਿਵੇਂ ਚਿੜੀ ਨੂੰ ਪਿੰਜਰ ਚ ਕਰਕੇ ਰੱਖਿਆ ਜਾਂਦਾ ਕੱਲੇ ਨੂੰ ਰੱਖਿਆ ਕੋਈ ਬੁੱਕ ਨਹੀਂ ਕੋਈ ਕਾਪੀ ਨਹੀਂ ਕੋਈ ਪੈਨ ਨਹੀਂ ਪਿੱਛੋਂ ਜਾ ਕੇ ਦਿੱਤਾ ਇੱਕ ਕੁ ਮਹੀਨਾ 5 6 ਦਿਨ ਉੱਥੇ ਮੈਨੂੰ ਉਹਨਾਂ ਨੇ ਪਹਿਲੇ ਦਿਨ ਦੀ ਲੜਾਈ ਤੋਂ ਬਾਅਦ ਪਹਿਲੇ ਦਿਨ ਚਲੋ ਜਿਹੜਾ ਕੁਸ ਹੁੰਦਾ ਉਹ ਉਹਨਾਂ ਦੀ ਗਲਤੀ ਨਹੀਂ ਹੈਗੀ ਉਹ ਪ੍ਰਸ਼ਾਸਨ ਦੀ ਕੋਈ ਗਲਤੀ ਨਹੀਂ ਪ੍ਰਸ਼ਾਸਨ ਉੱਥੇ ਬੜਾ ਘੈਂਟ ਆਪਾਂ ਉਹਨਾਂ ਨੂੰ ਕਿਉਂ ਵਿਚਾਰਨ ਉਹ ਕਰੀਏ ਪੂਰਾ ਵਧੀਆ ਪ੍ਰਸ਼ਾਸਨ ਉਹ ਜੋ ਨਨਾਂ ਆਪ ਦੀ ਜੇਲ੍ਹ ਚ ਨਸ਼ਾ ਚੁਕਤਾ ਯਾਰ ਕਮਾਲ ਆ ਮੈਂ ਪਹਿਲੀ ਵਾਰ ਜ਼ਿੰਦਗੀ ਦੇਖਿਆ ਜੇਲ੍ਹ ਚ ਨਸ਼ਾ ਆ ਬੜਾ ਜੇਲ੍ਹ ਚ ਦੇਖਿਆ ਉੱਥੇ ਵੀ ਸਲਫਾਫਾ ਤਾਂ ਮਿਲ ਜਾਂਦਾ ਸੀ ਫਟਵਾਰੀ ਹਣਾ ਬੜਾ ਜਲ ਚ ਬੜਾ ਜਲ ਚ ਆਪਾਂ ਹਾਂ ਹਾਂ ਸਲਫਾਫਾ ਉੱਥੇ ਮਿਲ ਜਾਂਦਾ ਸੀ ਇੱਥੇ ਤਾਂ ਯਾਰ ਕੋਈ ਨਸ਼ੀ ਨਹੀਂ ਜੀ ਵਾਲੀ ਗੋਲੀ ਆਪਣੇ ਭਵੰਤਮਨ ਸਾਹਿਬ ਸਵੇਰੇ ਸਵੇਰੇ ਨਾਲ ਡਾਕਟਰ ਤੋਂ ਲੈਣੇ ਆ ਗਏ ਆਪਣੇ ਬੱਚਿਆਂ ਨੂੰ 18 ਸਾਲ ਦੇ 17 ਸਾਲ ਦੇ 16 ਸਾਲ ਦੇ ਨੂੰ ਜੇਲ੍ਹਾਂ ਚ ਹੋਰ ਕੋਈ ਨਿਸ਼ਾਨੀ ਉੱਥੇ ਐਂਟੀ ਡਰੱਗ ਟਾਸਕ ਫੋਰਸ ਦੇ ਤਹਿਤ ਕਮੇਟੀਆਂ ਬਣਦੀਆਂ ਨੇ ਹਮ ਹਮ ਜੋ ਹੀ ਇਹ ਮੋਰਚਾ ਵੱਡੇ ਵੱਡੇ ਇਕੱਠ ਪੂਰੇ ਪੰਜਾਬ ਤੋਂ ਲੋਕ ਇੱਥੇ ਪਹੁੰਚਦੇ ਨੇ ਹਰ ਇਕੱਠ ਚ ਅਸੀਂ ਪਹੁੰਚੇ ਹਾਂਗੇ ਤਾਂ ਸਰਕਾਰ ਹਰਕਤ ਚ ਆਉਂਦੀ ਹੈ ਹਾਂ ਉਹਦੇ ਵਿੱਚ ਕੀ ਦੇਖਣ ਨੂੰ ਮਿਲਦਾ ਕਿ ਸਰਕਾਰ ਵੀ ਚਾਹਣ ਲੱਗ ਗਈ ਕਿ ਕਮੇਟੀਆਂ ਬਣਾਈਆਂ ਜਾਣ ਤੁਹਾਡੀਆਂ ਕਮੇਟੀਆਂ ਤੇ ਹੁਣ ਉਹ ਕਮੇਟੀ ਜੋ ਹੁਣ ਇਹ ਜਿਹੜੀ ਤੁਹਾਡੀ ਕਮੇਟੀ ਦੇ ਅਮਨਦੀਪ ਹੋਰੀ ਨੇ ਇਹ ਤਾਂ ਕਹਿੰਦੇ ਨੇ ਕਿ ਕੁਸਪੈਟ ਕਰ ਲੱਗ ਗਏ ਇਹ ਹਾਂ ਹਾਂ ਕੁਸਪੈਟ ਉਹਨਾਂ ਦਾ ਕਿਵੇਂ ਬਚਿਆ ਜਾ ਸਕਦਾ ਜਾਂ ਤੁਹਾਨੂੰ ਕਿਵੇਂ ਲੱਗਦਾ ਹੁਣ ਕਮੇਟੀ ਅਗਲਾ ਰੂਪ ਰੇਖਾ ਕਮੇਟੀਆਂ ਪ੍ਰਤੀ ਕੀ ਹੈ ਆਪਾਂ ਕਦੇ ਕਿਸੇ ਕਮੇਟੀ ਨੂੰ ਨਹੀਂ ਕਿਹਾ ਵੀ ਕਿਸੇ ਆਮਲੀ ਨੂੰ ਕੁੱਟੋ ਗਰੀਬਾਂ ਮਲੇ ਨੂੰ ਕੁੱਟੋ ਜਾਂ ਕਿਸੇ ਦੀ ਸੜਕ ਜਾਂਦੀ ਦੀ ਤਲਾਸ਼ੀ ਲਓ ਕੋਈ ਮੀਆਂ ਬੀਬੀ ਜਾਂਦਾ ਉਹਨਾਂ ਨੂੰ ਰੋਕਣਾ ਤਲਾਸ਼ੀ ਲਓ ਆਪਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਗੱਡੀ ਲਈ ਜਾਂਦਾ ਆਪਾਂ ਨੂੰ ਤਲਾਸ਼ੀ ਲੈਂਦਾ ਕੋਈ ਅਧਿਕਾਰ ਨਹੀਂ ਹਾਂ ਆਪਾਂ ਕਮੇਟੀ ਬਣਾਓ ਆ ਉਹਦੇ ਪਿੰਡ ਦੀ ਪੈਂਚਾ ਸਰਪੰਚਾਂ ਦੀ ਮਦਦ ਨਾਲ ਆਪਣੇ ਪਿੰਡ ਚ ਜੋ ਬਲੈਕੀਏ ਨੇ ਚਿੱਟੇ ਦੇ ਜਾਂ ਮੈਡੀਕਲ ਦੇ ਉਹਨਾਂ ਨੂੰ ਨੋਟ ਕਰੋ ਕਾਪੀ ਪੈਨ ਤੇ ਉਹਨਾਂ ਨੂੰ ਦੋ ਤਿੰਨ ਵਾਰ ਪਿਆਰ ਨਾਲ ਸਮਝਾਓ ਵਾਰਨਿੰਗ ਦਿਓ ਛੱਡੋ ਉਹਨਾਂ ਨੂੰ ਭਾਂਡਾ ਸੇਕ ਦਿਓ ਉਹਨਾਂ ਦਾ ਬੱਸ ਕਹਾਣੀ ਖਤਮ ਹੈ ਜੀ ਹੂੰ ਲੋੜ ਹੀ ਲੜਨ ਦੀ ਆਪਾਂ ਆਪਦਾ ਪਿੰਡ ਸਾਹਮ ਸਾਦੇ ਆਪਾਂ ਨੂੰ ਆਪਣੇ ਕੀ ਲੈਣਾ ਸੜਕਾਂ ਦੇ ਸੜਕੇ ਲੜਾਈ ਦਾ ਕਰ ਰਾਤ ਨੂੰ ਅਗਲੇ ਦੀ ਵੀ ਦਾਰੂ ਪੀਤੀ ਹੁੰਦੀ ਫਿਰ ਇਹ ਵੀ ਦਾਰੂ ਆਪਾਂ ਪੀ ਲੈਂਦੇ ਥੋੜੇ ਮੋਟੇ ਹਰੇਕ ਬੰਦਾ ਹਣਾ ਜੋ ਗੜਾ 7 ਚੋਵੇ ਕਰਪਾਣਾ ਹੱਥ ਚ ਹੋਵੇ ਹਣਾ ਫਿਰ ਹੋ ਜਾਂਦਾ ਫਿਰ ਆਪਾਂ ਉੱਥੇ ਸੋਭਾ ਹੀ ਨਿੰਦਾ ਕੰਮ ਯਾਰ ਕਿਸੇ ਦੀ ਧੀ ਪੈਣਾ ਆਪਦੇ ਘਰ ਵਾਲਿਆਂ ਨਾਲ ਜਾਂਦੀ ਹੋਵੇ ਜਾਂ ਕੋਈ ਹੋਰ ਗੱਲ ਹੋਵੇ ਆਪਾਂ ਉੱਥੇ ਤਲਾਸ਼ੇ ਲਈ ਆਪਾਂ ਨੂੰ ਪਤਾ ਆਪਣੇ ਪਿੰਡ ਦਾ ਵੀ ਕਿਹੜੇ ਕਿਹੜੇ ਬੰਦੇ ਵੇਚਦੇ ਨੇ ਹੂੰ ਉਹਨਾਂ ਨੂੰ ਜਾਕ ਕੋਨ ਨੂੰ ਰੋਕ ਲੋ ਬਸ ਕੰਮ ਹੋ ਗਿਆ ਨਹੀਂ ਰੋਕਦੇ ਸਾਨੂੰ ਦੱਸੋ ਅਸੀਂ ਆ ਜਾਾਂਗੇ ਅਸੀਂ ਰੋਕਾਂਗੇ ਪਿਆਰ ਨਾਲ ਸਮਝਾਵਾਂਗੇ ਪਿਆ ਉਹ ਆਪਣੇ ਭਾਈ ਨੇ ਉਹ ਕਿਹੜਾ ਪਾਕਿਸਤਾਨ ਚੋਂ ਆਏ ਨੇ ਪੀ ਨਾਲ ਤਾਂ ਉਹਦੀ ਛੱਡ ਜਾਂਦੇ ਨੇ ਇਹਨਾਂ ਨੇ ਪੀਣਾ ਹੈ ਉਹ ਤਾਂ ਦੁਖੀ ਹੁੰਦੇ ਨੇ ਉਹਨਾਂ ਦਾ ਹਟਾ ਦੇ ਇੱਕ ਵਾਰ ਜਿਵੇਂ ਪਾਣੀ ਹੈ ਮੋਗਾ ਬੰਦ ਕਰਤਾ ਪਿੱਛੇ ਉਹਨਾਂ ਦਾ ਲੋੜ ਨਹੀਂ ਉਹ ਤਾਂ ਕਹਿੰਦੇ ਭਾਈ ਸਾਨੂੰ ਤਾਂ ਜੇਲ੍ਹ ਚ ਵੀ ਹਟਦੀ ਹੈ ਜੇਲ੍ਹ ਦੀ ਕਿਤੋਂ ਵੀਂਦੇ ਨੇ ਆ ਮੁਕਸਰ ਦੀ ਜੇਲ੍ਹ ਚ ਹੋ ਰਹੀ ਹੈ ਉਹਨਾਂ ਦਾ ਹਰ ਹੁਸਨ ਮਿਲਦਾ ਪੈਸਾ ਚਾਹੀਦਾ ਪੂਰੇ ਪੰਜਾਬ ਦੇ ਨੌਜਵਾਨਾਂ ਦੇ ਵਗ ਮਾਨਸਾ ਨੇ ਜੱਜ ਕੇ ਸਪੋਰਟ ਕੀਤੀ ਮਾਨਸਾ ਦੇ ਐਮਐਲਏ ਨੇ ਪਰਵਿੰਦਰ ਅਮਨਪਟਵਾਰੀ ਹੋਰੀ ਮੂਲੇ ਸਿੰਘ ਵਾਲਾ ਪਿੰਡ ਦੇ ਵਿੱਚ ਮੈਂ ਵੀ ਨਾਲ ਸੀਗਾ ਉੱਥੇ ਮੌਕਦੇ ਸੀ ਪਹੁੰਚ ਗਏ ਸੀ ਕੁਦਰਤੀ ਸਿਰਫ ਸਾਹਮਣੇ ਬੈਠਾ ਐਮਐਲਏ ਆ ਉੱਠ ਕੇ ਨਾਲ ਗੱਲ ਕਰ ਤੱਕ ਨਹੀਂ ਉਦੋਂ ਬਾਅਦ ਦੁਬਾਰੇ ਫਿਰ ਕੋਠੀ ਅੱਗੇ ਵੀ ਗਏ ਇੱਕ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਪਰਵਿੰਦਰ ਸਿੰਘ ਝੋਟਾ ਮੇਰਾ ਪਰਿਵਾਰ ਹੈ ਤੁਹਾਨੂੰ ਲੱਗਦਾ ਤੁਸੀਂ ਉਹਨਾਂ ਪਰਿਵਾਰੋਂ ਮੇਰਾ ਪਰਿਵਾਰ ਕਿਵੇਂ ਹੋ ਗਿਆ ਉਹ 2 ਮਹੀਨੇ ਤਾਂ ਮੈਨੂੰ ਅੰਦਰ ਪਟਾਈ ਰੱਖਿਆ ਆ ਬੈਠਾ ਅਮਨ ਪੁੱਛ ਲਓ ਤੁਹਾਡਾ ਪਰ ਐਂ ਕਹਿੰਦੇ ਸਾਡਾ ਪਰਿਵਾਰ ਆ ਕੀ ਪਤਾ ਹੁਣ ਮੇਰੇ ਪਾਪੇ ਦੇ ਇਸਤਿਹਾਰੀ ਹੋਵੇ ਕੋਈ ਇਧਰੋਂ ਮੇਰੀ ਤਾਂ ਕੋਈ ਹੈ ਨਹੀਂ ਕਿਸੇ ਨਾਲ ਵੀ ਨਹੀਂ ਹੈਗੀ 2 ਮਹੀਨੇ ਨਾਲ ਉਹਨਾਂ ਨੇ ਦੇਖਿਆ ਹੁਣ ਲੋਕਾਂ ਨੰਨਾਂ ਦਿੱਤਾ ਤਾਂ ਛਡਾਇਆ ਪਹਿਲਾਂ ਨਹੀਂ ਪਤਾ ਲੱਗਦਾ ਸੀ ਉਹਨਾਂ ਨੂੰ ਫਿਰ ਉਹਨਾਂ ਤਾਂ ਗੱਲ ਹੀ ਨਹੀਂ ਮੰਨੀ ਹਮ ਇੱਕ ਤਰੀਕ ਦਾ ਕਹਿਰ ਲਈ ਜੀ ਕਰਨ ਨੂੰ ਮੈਨੂੰ ਉਹ ਐਸਡੀ ਨੇ ਤੇ ਇੱਕ ਐਸਐਚਓ ਇੱਕ ਐਸਐਸਪੀ ਉਹਨਾਂ ਦੀ ਗੱਲ ਹੀ ਨਹੀਂ ਮੰਨ ਰਿਹਾ 9 ਦਿਨ ਹੋ ਫੇਰਟ ਪੱਜ 11 ਕੱਲ ਵੀ ਟਪਾ ਰਹੇ ਨੇ ਕਿ ਮੇਲਾ ਬੰਦ ਨੇ ਸਾਈ ਕੋਰਟੋਂ ਮੇਲ ਲਾਈਆਂ ਸਾਰੇ ਪੰਜਾਬ ਚੋਂ ਮੇਲ ਆਈਆਂ ਸਾਰੇ ਕੋ ਤੋਂ ਮੇਲ ਆਈਆਂ ਨੇ ਆਪਣੇ ਮਾਨਸਾ ਦੀ ਮੇਲ ਬੰਦ ਕਰ ਛੱਡੀ ਐ ਵੀ ਆਪਾਂ ਨੂੰ ਇਰੀਟੇਟ ਕਰਨੇ ਮਾਰੇ ਨੇ ਕੀ ਹੋ ਗਿਆ ਕਿੱਡੀ ਗੱਲ ਹੋ ਗਈ ਫੇਰ ਲੇਟ ਆ ਗਏ ਸੀ ਫੇਰ ਕੀ ਹੋ ਗਿਆ ਹੂੰ ਹੋਰ ਰੱਖ ਲੈਂਦੇ 1-2 ਦਿਨ ਫੇਰ ਪਰਚਾ ਪਾ ਦੇਣ ਫੇਰ ਭੇਜ ਦੇਣ ਫੇਰ ਵਗ ਜਾਂਗੇ ਹੂੰ ਹਨਾ ਤੁਸੀਂ ਤਸਕਰ ਰੋਕਣ ਲੱਗੇ ਪਿੰਡਾਂ 'ਚ ਅਸੀਂ ਰਹਿੰਨੇ ਪਿੰਡਾਂ ਤੁਸੀਂ ਰਹਿੰਨੇ ਹੋ ਹੁਣ ਜਦੋਂ ਕਿਸੇ ਪਿੰਡ 'ਚ ਪਤਾ ਲੱਗਦਾ ਸੀ ਆਈ.ਡੀ.ਵੀ ਰਿਪੋਰਟ ਕਰਦੀ ਐ ਦੇਖ ਸੁਣਨ ਨੂੰ ਮਿਲਦਾ ਗੱਲ ਕਰਨ ਨੂੰ ਮੌਕਾ ਮਿਲਦਾ ਵਾਰੀ-ਵਾਰੀ ਤਾਂ ਇੱਕ ਗੱਲ ਸਾਹਮਣੇ ਹੀ ਕਹਿੰਦਾ ਕਿ ਪਹਿਲਾਂ ਪਿੰਡਾਂ ਦੇ ਘਰਾਂ ਤੱਕ ਪਹੁੰਚਦਾ ਸੀ ਹੁਣ ਪਿੰਡਾਂ ਤੋਂ ਬਾਅਦ ਜਿਹੜੀਆਂ ਹੱਦਾਂ ਹਦੂਦਾਂ ਨੇ ਉਧਰ ਵੀ ਜਾ ਕੇ ਦੇਣ ਲੱਗੇ ਤਾਂ ਹੁਣ ਜੇਲ੍ਹ ਵੀ ਜਾ ਕੇ ਆਏਗਾ ਉੱਥੇ ਵੀ ਤੁਸੀਂ ਕਹਿੰਦੇ ਹੋ ਵੀ ਇਹੋ ਜਿਹੇ ਲੋਕ ਮਿਲੇ ਜਿਹੜੇ ਸੌਂਵਾਂ ਖਾ ਗਏ ਕੋਈ ਟੁਕਮਾ ਹੱਲ ਲੱਗਦਾ ਵੀ ਯਾਰ ਐ ਬਣ ਲਾਇਆ ਜਾ ਸਕਦਾ ਇਸ ਟੁਕਮਾ ਹੱਲ ਵੀਰੇ ਆਪਾਂ ਜਾ ਆਪਣੇ ਇਟ ਸਿੱਟ ਹੋ ਜਾਂਦੀ ਆ ਪੋਲਟਿਕਮ ਹੱਲ ਕਿਵੇਂ ਕਰਦੇ ਹੂੰ ਕਿਵੇਂ ਕਰਦੇ ਤੇ ਇਹ ਤਾਂ ਮਾੜੀ ਜੀ ਚੀਜ਼ ਐ ਹੂੰ ਹੱਲ ਨਹੀਂ ਕਰ ਸਕਦੇ ਇੱਕ ਆ ਕਰੋ ਇਕੱਠੇ ਹੋਵੋ ਰੋਕੋ ਇੱਕ ਪਿੰਡ ਚ ਦੋ ਬਲੇ ਕੇ ਵੱਧੋ ਵੱਧ ਤੇ ਹਜ਼ਾਰ ਹਜ਼ਾਰ ਉੱਥੇ ਸਰਦਾਰ ਬਸਦਾ ਸਿੰਘ ਪੱਗਾ ਮੰਨੀ ਵਾਲਾ ਆ ਬਾਬੇ ਵਰਗੇ ਨੇੰਗਾ ਬਸਦੇ 15 15 ਤੇ ਉਹ ਨਸ਼ਾ ਨਹੀਂ ਰੋਕ ਸਕਦੇ ਯਾਰ ਹੂੰ ਆਪਾਂ ਮੁਗਲ ਭਜਾਤੇ ਆਪਾਂ ਅੰਗਰੇਜ਼ ਭਜਾਤੇ ਠੀਕ ਐ ਕਾਲੇ ਅੰਗਰੇਜ਼ਾਂ ਨਾਲ ਵੀ ਟੱਕਰ ਲਈ ਰੱਖੀ ਕਿੰਨਾ ਚਿਰ ਆ ਹੁਣ ਚਿੱਟਾ ਅੰਗਰੇਜ਼ ਆਇਆ ਚਿੱਟਾ ਤੋਂ ਆਪਾਂ ਆਪਣਾ ਪੰਜਾਬ ਨਹੀਂ ਆਜ਼ਾਦ ਕਰਾ ਸਕਦੇ ਯਾਰ ਹੂੰ ਪੰਜਾਬ ਆਜ਼ਾਦ ਹੀ ਕਰਾਉਣਾ ਆਪਾਂ ਥੋੜੀਆਂ ਕੁਰਬਾਨੀਆਂ ਦੀ ਲੋੜ ਹੈ ਮੈਂ ਤਿਆਰ ਆ ਕੁਰਬਾਨੀ ਦੇਣ ਨੂੰ ਐਮ ਐਲ ਏ ਬਣਾ ਬੈਠਾ ਮੀਟਿੰਗ ਹੁੰਦੀ ਹੈ ਹਾਂ ਹਾਂ ਮੀਟਿੰਗ ਹੋਈ ਉਸ ਤੋਂ ਮੇਰੀ ਗੱਲਬਾਤ ਹੋਈ ਹੂੰ ਉਹਨਾਂ ਨੇ ਵੀ ਕਹਨੇ ਸੀ ਕਮੇਟੀਆਂ ਬਣਨ ਇਹਦਾ ਸੁਭਾਅਕ ਜੀ ਗੱਲ ਹੈ ਕਿ ਉਹ ਹੈਗੇ ਨੇ ਪਸ਼ੂ ਬਿਰਤੀ ਲੋਕ ਸਮਾਜ ਦੇ ਵਿਰੋਧੀ ਲੋਕ ਹਾਂ ਉਹਦਾ ਹੈਗੀ ਹੈ ਟਕਰਾਅ ਤਾਂ ਹੋਊਗੀ ਹੋਊਗਾ ਕੀ ਇਸ ਟਕਰਾਅ ਤੋਂ ਬਚਣ ਦਾ ਰਾਹ ਕੋਈ ਐਂਟੀ ਡਰਗ ਟਾਸਕ ਫੋਰਸ ਰੋਕ ਰਹੀ ਹੈ ਉਹਨਾਂ ਕਮੇਟੀਆਂ ਨੂੰ ਨਹੀਂ ਟਕਰਾਅ ਹੁੰਦਾ ਜੀ ਬੜਾ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਸੋਰ ਤੋਂ ਡੰਗਣ ਨਾਲ ਕੰਮ ਕਰੇ ਇਹਨਾਂ ਨੂੰ ਪਤਾ ਆਪਣੇ ਮਾਨਸਾ ਦੇ ਇਹਨਾਂ ਨੇ ਬਲੈਕ ਇਨ ਚੱਕੇ ਹਮ ਸਾਰਾ ਇਹਨਾਂ ਦਾ ਗਰੀਬ ਆਮਲੀ ਚੱਕੇ ਨੇ ਸਾਰੇ ਮਾਨਸਾ ਨਸ਼ੇੜੀ ਬਲੈਕ ਇ ਚੱਕੇ ਨੇ ਇਹਨਾਂ ਦੀਆਂ ਜਿਹੜੀਆਂ ਕੋਠੀਆਂ ਨੇ ਸ਼ਰੇਆਮ ਵੇਚ ਰਿਆ ਉਹ ਵੀ ਉਹ ਬਲੈਕ ਇ ਹਮ ਸਵੇਰੇ ਮੈਨੂੰ ਪਤਾ ਲੱਗਿਆ ਵੇਚਦਾ ਹੁਣ ਮੈਂ ਲਿਆਦਣਾ ਫਿਰ ਇਹ ਫੜਨਗੇ ਨਾ ਇਹਨਾਂ ਕੋਲ ਲਿਖਿਆ ਹੋਣਾ ਫੜਦੇ ਨਹੀਂ ਇਹ ਜਿਹੜੇ ਸਾਡੇ ਏਡੇ ਏਡੇ ਬੱਚਿਆਂ ਨੂੰ ਸਗਨੇਚਰ ਵੇਚ ਰਹੇ ਨੇ ਉਹਨਾਂ ਨਾਲ ਤੁਰੇ ਫਿਰਦੇ ਨੇ ਉਹਨਾਂ ਦੇ ਖੇਤਾਂ ਤੇ ਪਰਚੇ ਪਾਤੇ ਜਿਨ੍ਹਾਂ ਨੇ ਮਾਨਸਾ ਪੱਟ ਕੇ ਬਰਬਾਦ ਕਰਤਾ ਇਹ ਤਾਂ ਗੱਲ ਕੀ ਸਾਡੀ ਸਾਰੀ ਮਾਨਸਾ ਨੂੰ ਦੀਂਦੀ ਨਾ ਮੈਨੂੰ ਤਾਂ ਕਹਿਣ ਦੀ ਲੋੜ ਨਹੀਂ ਇਹ ਸਾਡੀ ਸਾਰੇ ਮਾਨਸਾ ਸ਼ਹਿਰ ਨੂੰ ਪਤਾ ਬੱਚੇ ਬੱਚੇ ਨੂੰ ਪਤਾ ਵੀ ਇਹ ਫੈਕਟਰੀਆਂ ਸੀ ਇਹ ਸ਼ਰਿਆਮ ਨੇ ਦਫ਼ਤਰਾਂ 'ਚ ਜਾਂਦੇ ਗਵਾਹੀਆਂ ਕਰਾਣੇ ਜਾਂਦੇ ਮੇਰੀਆਂ ਉਹਨਾਂ ਨਾਲ ਨਹੀਂ ਮਿਲੀ ਭੁਗਤਾ ਜੀ ਇਹ ਕਿਵੇਂ ਇਹ ਤਾਂ ਗਰੀਬ ਘਰਾਂ ਦੇ ਬੱਚੇ ਗੋਲੀਆਂ ਪਾ ਪਾ ਤੱਕ ਤੇ ਅੰਦਰ ਬਸ ਇਹੋ ਜਿਹਾ ਇਹਨਾਂ ਦਾ ਉਹੋ ਹੈ ਜਦੋਂ ਨਾ ਕੋਈ ਵੀ ਲਗਾਤਾਰ ਚੈਨਲ ਫਰੀ ਕਿਸੇ ਵਿਸ਼ੇ ਦੇ ਲੰਮਾ-ਸਮਾ ਕੰਮ ਕਰਦੇ ਹੁਣ ਲਗਾਤਾਰ ਕਈ ਮਹੀਨੇ ਹੋ ਗਏ ਨੇ ਲੋਕਾਂ ਦੇ ਫੋਨ ਅਜੇ ਆਉਣ ਲੱਗੇ ਵੀ ਭਾਈ ਯਾਰ ਮੇਰਾ ਪੁੱਤ ਕੋਈ ਭਰਾ ਕਹਿੰਦਾ ਕੋਈ ਮਾਂ ਫੋਨ ਕਰਦੀ ਐ ਪੁੱਤ ਮੇਰਾ ਪੁੱਤ ਕੋਈ ਪਿਓ ਫੋਨ ਕਰਦਾ ਜਿਹੜੇ ਤਾ ਚੁੱਕੇ ਇਹਦੇ ਵਿੱਚ ਉਹਦਾ ਕੀ ਹੱਲ ਸੋਚਦੋਂ ਵੀ ਉਹਨਾਂ ਦਾ ਹੱਲ ਕਰਾਉਣਾ ਪਊਗਾ ਉਹਨਾਂ ਦਾ ਹੱਲ ਆਪਾਂ ਨੂੰ ਆ ਜਿਹੜੇ ਪਿੰਡ ਦੇ ਨੇ ਉਹਨਾਂ ਦੇ ਮਾਂ ਪਿਓ ਨੇ ਉਹ ਆਪਦੇ ਪਿੰਡ 'ਚ ਸਕੂਲ ਦੇ ਦੋ ਕਮਰੇ ਖੋਲਣ ਉੱਥੇ ਉਹਨਾਂ ਨੂੰ ਬੰਦ ਕਰਨ ਦੁੱਧ ਦਹੀਂ ਦੇਣ ਕਿ ਉਹ ਦਿਨ ਸਾਰਾ ਪਿੰਡ ਇਕੱਠਾ ਹੋ ਕੇ ਦੋ ਬੋਰੀਆਂ ਚੌਲਾਂ ਦੀ ਸੱਟ ਲੈਣਾ ਉਹਨਾਂ ਨੂੰ ਖਵਾਉਣ ਰਜਾ ਕੇ 10 ਨ ਮੈਂਸ ਵਾਂਗੂ ਡਕਾ ਦੇਣਾ ਨਾ ਨਸ਼ਾ ਛੱਡ ਕੇ ਨਹੀਂ ਕੋਈ ਮਰਦਾ ਹੂੰ ਨਸ਼ਾ ਕਰਕੇ ਜੇ ਭਾਈ ਉਹਨਾਂ ਨੂੰ ਸਮਝਦਾ ਤਾਂ ਕੋਈ ਗੱਲ ਨਹੀਂ ਫਿਰ ਅਸੀਂ ਸਰਕਾਰ ਕੋਲ ਤੋਂ ਕਰਵਾਉਣੀ ਆ ਪਹਿਲਾਂ ਗੱਲ ਕਰੀ ਸੀ ਉਹ ਸਰਕਾਰ ਵੀ ਨਹੀਂ ਕਰਦੀ ਕੋਈ ਗੱਲ ਨਹੀਂ ਫਿਰ ਦੇਖਦੇ ਆ ਕੋਈ ਨਾ ਕੋਈ ਇਹਦਾ ਵੀ ਪਾਓ ਆਮਲੀਆਂ ਦਾ ਹੱਲ ਕਰਾਂਗੀ ਹੂੰ ਇਹਨਾਂ ਨੂੰ ਤਾਂ ਨਹੀਂ ਮਾਰਨ ਦਿੰਦੇ ਇਹਨਾਂ ਤਾਂ ਬਚਾ ਲਾਂਗੇ ਉਹੀ ਤਾਂ ਆਪਣਾ ਸਰਮਾਇਆ ਨੇ ਹੂੰ ਬਚਾ ਲਾਂਗੇ ਛੋਟੇ ਛੋਟੇ ਬੱਚੇ ਨੇ ਇਦੋਂ ਛੋਟੇ ਛੋਟੇ 16 16 ਸਾਲ ਦੇ 15 15 ਸਾਲ ਦੇ ਪਰਚੇ ਪਾਉਂਦੇ ਨੇ ਪਹਿਲਾਂ ਫਿਰ ਪਰਚੇ ਰੱਦ ਕਰਦੇ ਨੇ ਥੋੜੇ ਹੱਕ ਤਾਂ ਲੋਕ ਖੜ ਗਏ ਤੇ ਜਿਨ੍ਹਾਂ ਦੇ ਹੱਕ 'ਚ ਲੋਕ ਨਹੀਂ ਖੜਦੇ ਪਾਸੇ ਪਰ ਝੂਠੇ ਪੈਂਦੇ ਨੇ ਇਹਨਾਂ ਮਤਲਬ ਕੀ ਸਮਝੀਏ ਆ ਮੈਂ ਝੂਠ ਨਹੀਂ ਮਾਰਦਾ ਦੋ ਜ਼ਿਲ੍ਹਿਆਂ ਦਾ ਨਾਂ ਲੈਂਦਾ ਮੈਂ ਜਿੱਥੇ ਬਹੁਤ ਇੱਥੇ ਨਿਆਂ ਜੀ ਹੱਥ ਕੋਈ ਆ ਨਿਆਂ ਜੀ ਬਸ ਯਾਰ ਤਰਸ ਪਤਾ ਨਹੀਂ ਕਿਉਂ ਇਹਨਾਂ ਨੂੰ ਜੇਲ੍ਹਾਂ ਚੋਂ ਸਿਸਕੀਆਂ ਨਹੀਂ ਸੁਣਦੀਆਂ ਲੋਕਾਂ ਦੀਆਂ ਯਾਰ ਇਹਨਾਂ ਦੇ ਝੂਠੇ ਪਰਚੇ ਪਾਉਂਦੇ ਇਹਨਾਂ ਦੇ ਮੂਹਰੇ ਨਹੀਂ ਆਉਂਦੇ ਯਾਰ ਉਹ ਇਹਨਾਂ ਦੇ ਬੱਚੇ ਇਹਨਾਂ ਦੇ ਹਿੱਕਾਂ ਤੇ ਲਟਦੇ ਰਾਤ ਨੂੰ ਜਿਵੇਂ ਕਹਿੰਦੇ ਜਹਾਗੀਰ ਨੂੰ ਬੰਨ ਪੈ ਗਿਆ ਜਾਂ ਉਹਦੇ ਗਾਈਆਂ ਉੱਪਰ ਇਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਯਾਰ ਕਿਵੇਂ ਬਣੇ ਨੇ ਯਾਰ ਕਿਸ ਮਿੱਟੀ ਦੇ ਬਣੇ ਨੇ ਯਾਰ ਪੁਲਿਸ ਵਾਲੇ ਇਹ ਝੂਠੇ ਪਰਚੇ ਪਾਉਂਦੇ ਸ਼ਰਿਆਮ ਕਤਲ ਕਰਦਾ ਕੋਈ ਭਾ ਮੂੰਫਲੀ ਵਾਲਿਆਂ ਦੇ ਦਿੰਦੇ ਨੇ ਉਹ ਹੁਣ 20 ਸਾਲ ਝੂਠੀਆਂ ਗਵਾਈਆਂ ਜਿਵੇਂ ਹੁਣ ਇੱਕ ਆਪਣਾ ਏਡੀਜੀਪੀ ਪਰਮਾਰ ਸਾਹਿਬ ਉਹ ਮੇਰਾ ਕਰੈਕਟਰ ਸਰਟੀਫਿਕੇਟ ਸ਼ੋਅ ਕਰ ਰਿਹਾ ਉਹਨੂੰ ਵਿਚਾਰੇ ਨੂੰ ਮੈਨੂੰ ਕੀ ਜਾਣਦਾ ਜਿਵੇਂ ਇੱਥੋਂ ਕਹਿਤਾ ਉਹਨੇ ਉਵੇਂ ਜਿਵੇਂ ਕਰਤਾ ਖਬਰ ਉਹਨੂੰ ਇਹ ਹੋ ਗਿਆ ਮੇਰੀ ਪੰਜਾਬ ਪੁਲਿਸ ਨੂੰ ਬਦਨਾਮ ਕਰ ਰਿਹਾ ਚਲੋ ਜੀ ਮੇਰਾ ਡਰਗ ਟੈਸਟ ਤਾਂ ਚਲੋ ਮੈਂ ਮੋਰਫਿਨ ਤੁਸੀਂ ਕਹਿੰਦੇ ਖੰਨ ਹੈ ਐਡਾ ਵੱਡਾ ਅਫਸਰ ਕਹਿੰਦਾ ਮੋਰਫਿਨ ਖਾਂਦਾ ਹੈ ਮੋਰਫਿਨ ਦਾ ਇੰਜੈਕਸ਼ਨ ਹੁੰਦਾ ਹੈ ਮੈਂ ਡਾਕਟਰਾਂ ਦੇ ਸੱਪੀ ਉਸਨੂੰ ਪੁੱਛ ਲੈਂਦਾ ਉੱਥੇ ਤੇ ਜੀ ਮੈਂ ਕਹਿੰਦਾ ਸੋਡੀ ਪੰਜਾਬ ਪੁਲਿਸ ਦਾ ਡਰਗ ਟੈਸਟ ਇੱਕ ਵਾਰ ਜੀ ਕਰਾ ਲਓ ਨਾ ਕੱਲ ਨੂੰ 8 ਵਜੇ ਨਾਲ ਹੀ ਨਵੇਂ ਭਰਤੀ ਹੋ ਜੂਗੀ 80% ਹਾਂ ਨਾ ਨਹੀਂ ਦੋ ਤਿੰਨ ਵੀਡੀਓ ਤਾਂ ਮੈਂ ਤੁਹਾਨੂੰ ਹੋਣੀ ਭੇਜ ਦਿੰਦਾ ਤੇ ਚਾਹੀਨੀਆਂ ਨੇ ਮੇਰਾ ਡੋਪ ਟੈਸਟ ਕਰਾ ਲਿਆ ਕੋਈ ਚੱਕਰ ਨਹੀਂ ਕੱਲ ਨੂੰ ਫੇਰ ਕਰਾਵਾਂ ਮੈਂ ਕਿਹੜਾ ਕੋਈ ਮਹਿਕਮੇ ਚ ਮੈਂ ਕਿਹੜਾ ਕੋਈ ਮੰਤਰੀ ਐ ਮੈਂ ਕਿਹੜਾ ਮੈਂ ਤਾਂ ਦੇਸੀ ਜੱਟ ਆ ਜਮਾਂ ਹੂੰ ਕਿ ਮੈਂ ਉਹਦਾ ਬਾਣ ਬਾਲੂਗਾ ਐ ਕਰ ਲੂ ਹਾਂ ਬਾਹੂ ਆਜੋ ਵੈਲਕਮ ਐ ਨਰਮਾ ਬੀਜਾਂਗੇ ਗਾਹਣ ਨਾ ਹੁੰਦਾ ਨੰਗ ਗਿਆ ਗਾਹਣ ਰੇ ਉੱਥੇ ਲਾ ਲਾਂਗੇ ਤੈਨੂੰ ਸਿੱਟ ਲਾਂਗੇ ਆਜੋ ਭਾਈ ਵੈਲਕਮ ਐ ਜਿਹੜੇ ਲੋਕ ਤੁਹਾਡੇ ਹੱਕ ਚ ਕਾਫਲੇ ਬੰਨ ਬਣਾ ਕੇ ਕੀ ਕਹਿਣਾ ਚਾਹੁੰਨ ਲੋਕਾਂ ਲਈ ਧੰਨਵਾਦ ਸਾਰਿਆਂ ਦਾ ਸਮੂਹ ਜਥੇ ਬੰਦੀਆਂ ਦਾ ਸਮੂਹ ਕਿਸਾਨ ਜਥੇ ਬੰਦੀਆਂ ਦਾ ਬਾੜ ਧੀਆਂ ਬਾੜ ਜਿੰਨੀਆਂ ਹੈਗੀਆਂ ਸੀ ਧੰਨਵਾਦ ਐ ਮੇਰੀ ਟੀਮ ਤਾਂ ਚਲੋ ਉਸ ਦਿਨ ਰਾਤ ਖਪੀ ਖਪੀਆ ਵਿਚਾਰੀ ਇਹ ਤਾਂ ਸਾਰੀ ਇਨ ਪਿੱਛੇ ਰਹਿ ਗਏ ਅਸਲ ਵਿੱਚ ਅੱਗੇ ਇਹਨਾਂ ਨੇ ਵੀ ਆਉਣਾ ਚਾਹੀਦਾ ਸੀ ਇਹ 11 12 ਮੁੰਡੇ ਨੇ ਦਿਨ ਰਾਤ ਇਹਨਾਂ ਨੇ ਘਰੋਂ ਕੰਮ ਛੱਡਿਆ ਗਰੀਬ ਘਰਾਂ ਦੇ ਵਿੱਚ ਤਕੜੇ ਵੀ ਨਹੀਂ ਨਾ ਕਰ ਕੰਮ ਤਾਂ ਛੱਡਿਆ ਨਾ ਇਹਨਾਂ ਨੇ ਇਹਨਾਂ ਨੇ ਕੋਈ ਕਰਨਾ ਜਾਂ ਲੀਡਰੀ ਕਰਨੀ ਜਾਂ ਪੈਸਾ ਕਮਾਉਣਾ ਕੋਈ ਆਪਾਂ ਵੋਟਾਂ 'ਚ ਨਹੀਂ ਖੜਾ ਹੋਣਾ ਕੋਈ ਵੋਟਰੀ ਮੰਗਣੀ ਕਿਸ ਤੋਂ ਸਿੱਧੀ ਜੀ ਗੱਲ ਆ ਪਤਾ ਕੱਲਾ ਨਸ਼ਾ ਛੁਣਾਉਣਾ ਖਤਮ ਕਰਨਾ ਮੇਰੀ ਬੜੇ ਲੋਕਾਂ ਨਾਲ ਸ਼ਰਤ ਲੱਗ ਗਈ ਉਹ ਕਹਿੰਦੇ ਨਹੀਂ ਖਤਮ ਕਰ ਸਕਦਾ ਕਰਾਂਗੇ ਹਾਂ ਜੇ ਆਪ ਹੀ ਖਤਮ ਹੋ ਗਏ ਫਿਰ ਕਹਿਣਾ ਕਿ ਨਹੀਂ ਤਾਂ ਜੀ ਹੈ ਜੀ ਹਾਂ ਤੁਸੀਂ ਸੁਣਿਆ ਪਰਵਿੰਦਰ ਸਿੰਘ ਝੋਟੇ ਨੂੰ ਬੜੇ ਲੋਕ ਉਮੀਦ ਕਰ ਰਹੇ ਸੀ ਕਿ ਸਰਕਾਰ ਚੁੱਕੇ ਸਰਕਾਰ ਚੁੱਕੇ ਅੰਤ ਨੂੰ ਅੱਜ ਲੋਕਾਂ ਦੇ ਹੱਥ ਅੱਗੇ ਹਮੇਸ਼ਾ ਲੋਕ ਜਿੱਤਦੇ ਰਹੇ ਨੇ ਅੱਜ ਲੋਕਾਂ ਦੀ ਜਿੱਤ ਹੋਈ ਹੈ ਜੁੜੇ ਰਹੋ ਸਰਲੇਖ ਦੇ